ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਿਹਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਅੱਜ ਇਟਲੀ ਦੇ ਵਿੱਚ 1582 ਨਵੇਂ ਕੇਸ 27 ਮਰੀਜ਼ਾਂ ਦੀ ਮੌਤ ਹੋਈ ਹੈ 15938 ਮਰੀਜ਼ਾਂ ਠੀਕ ਹੋਇਆ 123000 ਜਿਹੜੇ ਟੈਸਟ ਕੀਤੇ ਗਏ ਨੇ ਤੇ 100 ਦੀ ਪੋਜ਼ਿਟਿਵਿਟੀ ਜਿਹੜੀ ਆ 12.19 ਚੱਲ ਰਹੀ ਸੀ ਜੇਕਰ ਤੁਸੀਂ ਇਟਾਲੀਅਨ ਸਿੱਖਣਾ ਚਾਹੁੰਦੇ ਹੋ ਤਾਂ ਇਟਾਲੀਅਨ ਸਿੱਖਣ ਦੇ ਲਈ ਤੁਸੀਂ ਰਣਜੀਤ ਸਿਸਟਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਟੈਲੀਫੋਨ ਨੰਬਰ 355 322 1908 ਜਿਹੜੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਨੇ WhatsApp ਦੇ ਉੱਤੇ ਮੈਸੇਜ ਕਰਕੇ ਤੁਸੀਂ ਆਪਣੀਆਂ ਕਲਾਸਾਂ ਜਿਹੜੀਆਂ ਬੁੱਕ ਕਰ ਸਕਦੇ ਆ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਦੇ ਜੇਕਰ ਤੁਸੀਂ ਫ੍ਰੀ ਦੇ ਵਿੱਚ ਕੋਇਨ ਕਮਾਉਣਾ ਚਾਹੁੰਦੇ ਹੋ ਕੋਇਨ ਇਸ ਹਿਸਾਬ ਦੇ ਨਾਲ ਜੀ ਇੱਕ ਐਪਲੀਕੇਸ਼ਨ ਆ ਜਿਸ ਦਾ ਨਾਮ ਆ ਸਟੈਪ ਅਪ ਜੋ ਕਿ ਬਹੁਤ ਹੀ ਛੇਤੀ ਲਾਂਚ ਹੋਣ ਵਾਲੀ ਹੈ ਤੇ ਇਹਦੇ ਨਾਲ ਇਹ ਫੈਟ ਸਿਸਟਮ ਦੇ ਰਿਹਾ ਇਸ ਟਾਈਮ ਇਦੇ ਵਿੱਚ ਤੁਹਾਨੂੰ ਕੋਈ ਵੀ ਪੈਸਾ ਫਿਲਹਾਲ ਖਰਚਣ ਦੀ ਲੋੜ ਨਹੀਂ ਹੈਗੀ ਜੇਕਰ ਤੁਸੀਂ ਇਹਨਾਂ ਦਾ ਜਿਹੜਾ ਫਿੱਟ ਵੀ ਨਹੀਂ ਵੀ ਖਰੀਦਣਾ ਤਾਂ ਇਹਨਾਂ ਦੇ ਨਾਲ ਕੁਝ ਨਹੀਂ ਇੱਕ ਜੋ ਲਿੰਕ ਤੁਹਾਨੂੰ ਪਹਿਲੀ ਕਮੈਂਟ ਦੇ ਵਿੱਚ ਦਿੱਤਾ ਗਿਆ ਉਸ ਲਿੰਕ ਦੇ ਉੱਤੇ ਤੁਸੀਂ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਸਿਰਫ ਆਪਣੀ ਜਿਹੜੀ ਜੈਨੂਇਨ ਈਮੇਲ ਆ ਉਹ ਦੇਣੀ ਆ ਈਮੇਲ ਦੇ ਉੱਤੇ ਤੁਹਾਨੂੰ ਇੱਕ ਕੋਡ ਆਣਾ ਉਸ ਕੋਡ ਨੂੰ ਲਿਖਣਾ ਤੇ ਤੁਸੀਂ ਕਨੈਕਟ ਹੋ ਜਾਣਾ ਤੇ ਹਰ ਰੋਜ਼ ਜਿਹੜੇ ਤੁਹਾਡੇ FAD ਪੁਆਇੰਟ ਨੇ ਫੈਟ ਪੁਆਇੰਟ ਬਣਨੇ ਸ਼ੁਰੂ ਹੋ ਜਾਣੇ ਆ ਜਿਸ ਟਾਈਮ ਇਹਨਾਂ ਨੇ ਐਪਲੀਕੇਸ਼ਨ ਲਾਂਚ ਕਰਨੀ ਹੈ ਜੀ 1 ਮਹੀਨਾ 2 ਮਹੀਨੇ 4 ਮਹੀਨਿਆਂ ਤੱਕ ਤੇ ਉਸ ਟਾਈਮ ਨੇ ਤਾਂ ਇੱਕ ਨਵਾਂ ਟੋਕਨ ਲਾਂਚ ਹੋਣਾ ਜੀ ਕਿ ਕਾਲਨਾ ਦਾ ਤੇ ਉਹਦੇ ਵਿੱਚ ਤੁਸੀਂ ਆਪਣੇ ਹੀ ਚੇਂਜ ਕਰ ਸਕਦੇ ਹੋ ਫ੍ਰੀ ਦੇ ਵਿੱਚ ਤੁਹਾਨੂੰ ਇਹ ਟੋਕਨ ਮਿਲਣਗੇ ਜਿਸ ਟਾਈਮ ਇਹਨਾਂ ਨੇ ਬਣਾਣਾ ਸਿਰਫ ਈਮੇਲ ਆਈਡੀ ਹੀ ਚਾਹੀਦੀ ਹੈ ਕੋਸ਼ ਹੋਰ ਤੁਹਾਡਾ ਨਹੀਂ ਲੋੜ ਹੁਣ ਹੁਣ ਤੁਹਾਡੇ ਕੋਲ ਟਾਈਮ ਹੈ ਜੀ ਕਲਿੱਕ ਕਰੋ ਨੰਬਰ ਭਰੋ ਸਿਰਫ ਜਿਹੜੀ ਇਹ ਈਮੇਲ オリジナル ਹੋਣੀ ਚਾਹੀਦੀ ਹੈ ਕੋਈ ਈਮੇਲ ਜਿਹੜੀ ਦੂਸਰੀ ਨਾ ਹੋਵੇ ਜੀ ਗੱਲ ਕਰਦੇ ਆਂ ਜੀ ਆਪਾਂ ਕੰਮ ਤੇ ਬੰਦਿਆਂ ਦੀ ਲੋੜ ਆ ਜੀ ਦੋ ਬੰਦਿਆਂ ਦੀ ਲੋੜ ਆ ਇਹ ਉਹ ਬੰਦੇ ਨੇ ਜਿਹੜੇ ਨਾ ਹੀ ਸ਼ਰਾਬ ਪੀਂਦੇ ਹੋਣ ਨਾ ਹੀ ਕੋਈ ਨਸ਼ਾ ਪੱਤਾ ਕਰਦੇ ਹੋਣ ਤੇ ਸੀਰੀਅਸ ਕੰਮ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ ਤੇ ਇਹ ਜਿਹੜੇ ਬੰਦੇ ਆ ਹੋਟਲ ਦੇ ਵਿੱਚ ਕਲੀਨਿੰਗ ਦੇ ਲਈ ਚਾਹੀਦੇ ਆ ਹੋਟਲ ਦੇ ਵਿੱਚ ਸਾਫ਼ ਸਫਾਈ ਦਾ ਕੰਮ ਟੈਲੀਫੋਨ ਨੰਬਰ ਨੋਟ ਕਰ ਲਓ 388 190 3293 388 190 3293 ਤੇ ਜਿਹੜਾ ਕੰਮ ਆ ਜੀ ਕਾਸਟਲ ਫਰਾਂਕੋ ਆ ਕਾਸਟਲ ਫਰਾਂਕੋ ਦੇ ਵਿੱਚ ਆ ਇਮੀਲੀਆ ਰੋਮਾਨੀਆ ਜਿੱਦੇ ਜੈਸੀ ਕਹਦੀ ਏ ਮੋਦਨਾ ਦੇ ਵਿੱਚ ਆ ਮੋਦਨਾ ਚ ਪੈ ਰਿਹਾ ਜੀ ਕਾਸਟਲ ਫਰਾਂਕੋ ਜਿੱਤੇ ਹੀ ਪਿੰਡ 388190 3293 ਟੈਲੀਫੋਨ ਨੰਬਰ ਆ ਦੋ ਬੰਦਿਆਂ ਦੀ ਲੋੜ ਆ ਜੀ ਜਿਸ ਟਾਈਮ ਉਹਨਾਂ ਦੇ ਦੋ ਬੰਦੇ ਪੂਰੇ ਹੋ ਜਾਣੇ ਸ਼ਾਇਦ ਉਸ ਤੋਂ ਬਾਅਦ ਆਪਣਾ ਟੈਲੀਫੋਨ ਨੰਬਰ ਜਿਹੜਾ ਉਹ ਬੰਦ ਕਰ ਦੇਣ ਇਸ ਕਰਕੇ ਛੇਤੀ ਤੋਂ ਛੇਤੀ ਜਿਹੜਾ ਆਪਣਾ ਕੋਸ਼ਿਸ਼ ਕਰਿਓ ਫੋਨ ਕਰਨ ਦੀ ਲੋਟਰੀਆ ਦੇ ਲਿਸਕੁੰਟਰੀਨੀ ਪਿਛਲੇ ਸਾਲ ਲੋਟਰੀਆ ਦੇ ਲਈ ਇਸ ਕੰਟਰੀ ਨੀ ਜੇਸਟਾਈਮ ਇਟਲੀ ਦੇ ਵਿੱਚ ਚਲਾਇਆ ਗਿਆ ਇਹ ਅਸਲ ਦੇ ਵਿੱਚ ਚਲਾਇਆ ਗਿਆ ਸੀਗਾ ਕਿ ਇਟਲੀ ਨੂੰ ਕੈਸ਼ਲੈਸ ਬਣਾਉਣ ਦੇ ਵਿੱਚ ਇੱਕ ਹੈਲਪ ਕੀਤੀ ਜਾਵੇ ਕਾਫੀ ਬੰਦਿਆਂ ਨੂੰ ਪੈਸੇ ਵੀ ਨਿਕਲੇ ਪਰ ਇੱਕ ਬੰਦੇ ਨੇ ਨੋਵਾਰਾ ਦੇ ਵਿੱਚ 50 ਲੱਖ ਐਰੋ ਨਿਕਲਿਆ ਜੀ ਇਹ ਜੋ 50 ਲੱਖ ਐਰੋ ਨਿਕਲਿਆ ਉਹ ਨਿਕਲਿਆ ਜੀ ਇਹਨੇ ਇਸ ਬੰਦੇ ਨੇ 104 ਐਰੋ ਦੇ 57 ਸੈਂਟ ਦਾ ਕੋਈ ਸਮਾਨ ਖਰੀਦਿਆ ਸੀ 1 ਅਕਤੂਬਰ ਦੇ ਵਿੱਚ 15 ਅਕਤੂਬਰ 2021 ਨੂੰ ਇਸ ਬੰਦੇ ਨੇ 104 ਐਰੋ ਦਾ ਸਮਾਨ ਖਰੀਦਿਆ ਤੇ ਇਹਦੇ ਨਾਲ ਜਿਹੜੀਆਂ ਇਹਦੀਆਂ ਲੋਟਰੀਆਂ ਬੜੀਆਂ ਆਟੋਮੈਟਿਕਲ ਬੜੀਆਂ ਸੀ ਇਹ ਲੋਟਰੀਆਂ 4 ਤਰੀਕ ਨੂੰ ਨਿਕਲੀਆਂ 4 ਜੂਨ ਨੂੰ ਤੇ ਇਸ ਲੋਟਰੀ ਦੇ ਵਿੱਚ 50 ਲੱਖ ਐਰੋ ਜਿਹੜਾ ਟੋਟਲ ਇਹ ਜਿੱਤ ਗਿਆ ਬੰਦਾ ਫਰੀ ਦੇ ਵਿੱਚ ਕੁਝ ਲੋਟਰੀ ਖਰੀਦਣ ਦੀ ਲੋੜ ਨਹੀਂ ਪਈ ਤੇ ਜਿਸ ਦੁਕਾਨ ਜਿਸ ਮਾਰਕੀਟ ਦੇ ਵਿੱਚ ਇਸਨੇ ਆਪਣਾ ਇੱਕ ਸਮਾਨ ਖਰੀਦੇਆ ਉਹਨਾਂ ਨੂੰ ਵੀ 10 ਲੱਖ ਜਿਹੜਾ ਐਰੋ ਮਿਲਿਆ ਜੀ ਹੁਣ ਇਟਲੀ ਦੇ ਵਿੱਚ ਜਿਹੜੀ ਲੋਟਰੀ ਦੇ ਲਈ ਸਕੁੰਦਰੀ ਨਹੀਂ ਇੱਕ ਵਾਰ ਫੇਰ ਦੁਬਾਰਾ ਚਲਾਉਣ ਲੱਗਿਆ ਜੀ ਇਹ ਜਿਹੜੀ ਚੱਲਣੀ ਆ ਲੋਟਰੀ ਦੇ ਲਈ ਸਕੁੰਦਰੀ ਨਹੀਂ ਇਹ ਚੱਲੂਗੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਮਾਰਕਟਾਂ ਦੇ ਵਿੱਚ ਕਹਿੰਦੇ ਨੇ ਜੀ ਲੋਟਰੀ ਦੇ ਲਈ ਸਕੁੰਦਰੀ ਨਹੀਂ ਹੈ ਨਹੀਂ ਖਤਮ ਹੋ ਗਈ ਖਤਮ ਨਹੀਂ ਹੋਈ ਉਹ ਆਪਣੇ ਕੋਡ ਭਰੀ ਜਾਂਦੇ ਆ ਤੁਸੀਂ ਉਹਨਾਂ ਨੂੰ ਕਹੋ ਭੀ ਖਤਮ ਹੋ ਗਈ ਕੋਈ ਗੱਲ ਨਹੀਂ ਤੁਸੀਂ ਸਾਡੀ ਟੂੰਗ ਕਰਾ ਦਿਓ ਯਾਨੀ ਆਪਣਾ 바ਰ ਕੋਡ ਜਿਹੜਾ ਹੁੰਦਾ ਸਾਡਾ ਉਹ ਦੇ ਦਿਓ ਤੇ ਹੁਣ ਆ ਜਿਹੜਾ ਕਹਿੰਦੇ ਜੀ ਨਵਾਂ ਲੋਤੇਰੇ ਦਲੀ ਸਕੁੰਤਰੀ ਨਹੀਂ ਜਿਹੜਾ ਆ ਰਿਹਾ ਇਹਦੇ ਨਾਲ ਜਿਹੜਾ ਵਿੰਚੀ ਤਾਂ ਈਮੇ ਦਿਆਤਾ ਹੋਣਾ ਕਿ ਬੰਦੇ ਨੇ ਜਿੱਦਾਂ ਇਹ ਸਮਾਨ ਖਰੀਦਿਆ ਨਾਲੇ ਪਤਾ ਲੱਗ ਜਾਣਾ ਜੀ ਕਿ ਇਹ ਬੰਦੇ ਨੇ ਕੁਝ ਜਿੱਤਿਆ ਜਾਂ ਫਿਰ ਨਹੀਂ ਜਿੱਤਿਆ ਸਵਿਟਜ਼ਰਾਂ ਤੋਂ ਆ ਰਿਹਾ ਜੀ ਨਵਾਂ ਅਪਡੇਟਸ ਸਵਿਟਜ਼ਰਾਂ ਦੇ ਵਿੱਚ ਓਬਰ ਦੇ ਨਾਲ ਜਿਹੜੇ ਕੰਮ ਕਰ ਰਹੇ ਨੇ ਓਬਰ ਦੇ ਨਾਲ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਉੱਥੇ ਜਿਹੜਾ ਕਾਨੂੰਨ ਆ ਉਹ ਨਹੀਂ ਕਿਹਾ ਕਿ ਜਿੰਨੇ ਵੀ ਬੰਦੇ ਨਾਲ ਦੇ ਨਾਲ ਕੰਮ ਕਰ ਰਹੇ ਸੀ ਇਹਨਾਂ ਨੂੰ ਸਾਰਿਆਂ ਬੰਦਿਆਂ ਨੂੰ ਪੱਕੇ ਕਰਨ ਦੀ ਲੋੜ ਆ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 5-600 ਲੈ ਕੇ 5-600 ਤੋਂ ਲੈ ਕੇ 700 ਬੰਦਾ ਜਿਹੜਾ ਆ ਹੁਣ ਵਿਹਲਾ ਬਹਿ ਗਿਆ ਜੀ ਗੱਲ ਕੁਛ ਇਦਾਂ ਹੋਈ ਹੈ ਜੀ ਇਹਦੇ ਬਾਰੇ ਇੰਗਲੈਂਡ ਅਤੇ ਹਾਲੈਂਡ ਦੀਆਂ ਜਿਹੜੀਆਂ ਕੋਰਟ ਆ ਉਹਨਾਂ ਨੇ ਵੀ ਇਹ ਫੈਸਲੇ ਦੇ ਦਿੱਤੇ ਆ ਕਿ ਜਿੰਨੇ ਵੀ ਬੰਦੇ ਉਬਰ ਦੇ ਵਿੱਚ ਪਹਿਲਾਂ ਕੰਮ ਕਰ ਰਹੇ ਸਨ ਤੇ ਉਹ ਵਿਲੇ ਹੋ ਗਏ ਨੇ ਇਹਨਾਂ ਨੂੰ ਸਾਰਿਆਂ ਨੂੰ ਸਵਿਟਸ ਵਾਲੇ ਸਵਿਟਸ ਵਾਲਿਆਂ ਨੂੰ 700 ਬੰਦਿਆਂ ਨੂੰ ਕੰਮ ਤੇ ਰੱਖਣ ਦੀ ਲੋੜ ਆ ਤੇ ਉਹਨਾਂ ਦਾ ਕੋਰਸ ਕਰਾਣ ਇਹਨਾਂ ਨੂੰ ਪੱਕਾ ਕੰਮ ਦਿੱਤਾ ਜਾਵੇ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਚਾਂਦੀ ਹੋ ਜਾਣੀ ਉਹਨਾਂ ਨੂੰ ਫਾਇਦਾ ਹੋ ਜਾਣਾ ਕਿਉਂਕਿ ਫਰੀ ਦੇ ਫਰੀ ਦੇ ਵਿੱਚ ਚਲੋ ਨਹੀਂ ਉਹਨਾਂ ਨੂੰ ਟੈਕਸੀ ਦਾ ਕੰਮ ਕਰਨਾ ਪੈਣਾ ਤੇ ਬਹੁਤ ਵਧੀਆ ਇੱਕ ਨਿਊਜ਼ ਆ ਤੇ ਜੇ ਨਿਊਜ਼ ਤੋਂ ਹੀ ਗੱਲ ਕਰੀਏ ਇੱਕ ਹੋਰ ਬਹੁਤ ਵਧੀਆ ਗੁੱਡ ਨਿਊਜ਼ ਆ ਰਹੀ ਹੋਇਆ ਜੀ ਕਿ ਜਿੰਨਾ ਵੀ ਤੁਸੀਂ ਖਰਚ ਕਰਦੇ ਆ ਨਾਰਮਲੀ ਆਪਾਂ ਨੂੰ ਸਿਹਤ ਤੇ ਤੰਤਤਾ ਦੇ ਵਿੱਚ ਜਿੰਨਾ ਅਸੀਂ ਮੈਡੀਕਲ ਦੇ ਵਿੱਚ ਉੱਤੇ ਖਰਚ ਕਰਦੇ ਆ ਦਵਾਈਆਂ ਦੇ ਉੱਤੇ ਖਰਚ ਕਰਦੇ ਆ ਫਾਰਮੇਸੀ ਤੋਂ ਜਿਹੜਾ ਵੀ ਸਮਾਨ ਲੈਂਦੇ ਆ ਜਾਂ ਕੋਈ ਪ੍ਰਾਈਵੇਟ ਅਸੀਂ ਹਸਪੀਟਲ ਦੇ ਵਿੱਚ ਜਾ ਕੇ ਜਿਹੜਾ ਆਪਣਾ ਕਰਾਉਂਦੇ ਆ ਕੋਈ ਆਪਰੇਸ਼ਨ ਕਰਾਉਂਦੇ ਆ ਕਿਉਂਕਿ ਸਰਕਾਰੀ ਦੀਆਂ ਜਿਹੜੀਆਂ ਅਪਾਇੰਟਮੈਂਟਾਂ ਬਹੁਤ ਲੇਟ ਮਿਲਦੀਆਂ ਨੇ ਤੇ ਉਹਦੇ ਵਿੱਚੋਂ ਸਾਨੂੰ 19% ਆ ਵਾਪਸ ਆ ਜਾਂਦਾ ਹੁਣ ਇਹ ਜਿਹੜਾ 19% ਆ ਨਾਰਮਲੀ ਸਾਨੂੰ ਸੈਤੇ ਤਰੰਤਾ ਜਦੋਂ ਕਰਦੇ ਹੀ ਉਹਦੇ ਵਿੱਚ ਹੀ ਆਂਦਾ ਹੈ ਪਰ ਸਰਕਾਰ ਨੇ ਇੱਕ ਤੋਹਫਾ ਦਿੱਤਾ ਜੀ ਇਟਲੀ ਦੇ ਵਿੱਚ ਰਹਿਣ ਵਾਲੇ ਸਾਰੇ ਬੰਦਿਆਂ ਨੂੰ ਉਹ ਕਹਿ ਰਹੇ ਨੇ ਕਿ ਹੁਣ ਜੇਕਰ ਤੁਸੀਂ ਚਾਹੋ ਇਹ ਤੱਕ ਇਸ ਟਾਈਮ ਦੱਸਿਆ ਜਾ ਰਿਹਾ ਕਿ 20 ਜੂਨ ਤੋਂ ਬਾਅਦ ਇਹ ਗੱਲਬਾਤ ਓਕੇ ਹੋ ਜਾਣੀ ਹੈ ਇਸ ਟਾਈਮ ਸਾਰੇ ਬੰਦਿਆਂ ਨੇ ਇਸ ਗੱਲ ਦੀ ਹਾਮੀ ਭਰ ਦਿੱਤੀ ਹੈ ਕਿ ਇਹ ਠੀਕ ਆ ਮਤਲਬ ਕਿ ਜਿੰਨੇ ਵੀ ਪਾਰਲੀਮੈਂਟ ਦੇ ਵਿੱਚ ਬੰਦੇ ਬੈਠਦੇ ਆ ਉਹ ਸਾਰੇ ਕਹਿ ਰਹੇ ਆ ਕਿ ਅਸੀਂ ਇਸ ਦੇ ਹੱਕ ਦੇ ਵਿੱਚ ਆ 20 ਜੂਨ ਨੂੰ ਇੱਕ ਵਾਰ ਫੇਰ ਬੈਠਣਾ ਤੇ ਉਸ 20 ਜੂਨ ਨੂੰ ਕੀ ਹੋਣਾ ਜੀ ਉਹਦੇ ਵਿੱਚ ਇਹ ਕਹਿਣਾ ਵੀ ਕਿੰਨੀ ਤਰੀਕ ਤੋਂ ਇਹ ਲਾਗੂ ਹੋ ਜਾਣਾ ਹੁਣ ਇਹ ਜਿਹੜੇ ਆ ਇਹ ਜਿਹੜਾ ਲਾਗੂ ਹੋਣਾ ਜੀ ਇਹ 20 ਜੂਨ ਤੋਂ ਜਿਸ ਟਾਈਮ ਇਹਨਾਂ ਨੇ ਓਕੇ ਕਰਤਾ ਦੱਸ ਦੇਣਾ ਵੀ ਕਿੰਨੇ ਕ ਤਰੀਕ ਤੋਂ ਇਹਨਾਂ ਨੇ ਇਸ ਚੀਜ਼ ਨੂੰ ਲਾਗੂ ਕਰਨਾ ਉਹ ਹੈ ਕੀ ਜੀ ਜੇ ਕੈਸ਼ਬੈਕ ਸਿੱਧਾ ਡਾਇਰੈਕਟ ਤੁਹਾਡੇ ਅਕਾਊਂਟ ਦੇ ਵਿੱਚ ਆਣਾ ਤੁਸੀਂ ਕੋਈ 100 ਯੂਰੋ ਦਾ ਸਮਾਨ ਲਿਆ ਤਾਂ 19 ਰੁਪਏ ਤੁਹਾਡੇ ਸਿੱਧੇ ਅਕਾਊਂਟ ਦੇ ਵਿੱਚ ਆਣੇ ਆ ਐਪਲੀਕੇਸ਼ਨ ਜਿਹੜੀ ਆਪ ਹੀ ਉਹ ਇਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਣਾ ਕਿ ਤੁਸੀਂ ਅੱਜ 100 ਯੂਰੋ ਦੀ ਦਵਾਈ ਲਈ ਹੈ ਤੇ ਤੁਹਾਡੇ 19 ਯੂਰੋ ਤੁਹਾਡੀ ਬੈਂਕ 'ਚ ਆ ਗਿਆ ਤੇ ਇਹ ਜਿਹੜਾ ਕੰਮ ਆ ਜੀ ਇਹਦੇ ਲਈ ਤੁਹਾਨੂੰ ਸਿੱਤੇ ਤਰਿੰਤਾ ਕਰਨ ਦੀ ਵੀ ਲੋੜ ਨਹੀਂ ਪਿਆ ਕਰਨੀ ਡਾਇਰੈਕਟ ਹੀ ਤੁਹਾਡੇ ਪੈਸੇ ਆ ਜਾਇਆ ਕਰਨੇ ਤੇ ਇੱਕ ਬਹੁਤ ਹੀ ਵਧੀਆ ਜਿਹੜੀ ਸਰਕਾਰ ਸਕੀਮ ਚਲਾਨ ਜਾ ਰਹੀ ਹੈ ਕਿ ਜੇਕਰ ਬੰਦਾ ਚਾਹੇ ਤਾਂ ਸੈਤਥੇ ਤੇ ਰੈਂਟ ਜੇ ਲੈ ਲਵੇ ਜਿਉ ਨੂੰ ਪਹਿਲਾਂ ਲੋਡ ਆ ਤਾਂ ਉਹ ਬੰਦਾ ਪਹਿਲਾਂ ਵੀ ਲੈ ਸਕਦਾ ਕੱਲ ਤੇ ਨਹੀਂ ਸੈਤਤਾ ਤੋਂ ਆ ਰਿਹਾ ਜੀ ਆਪਣਾ ਇੱਕ ਅਗਲਾ ਅਪਡੇਟ ਕੱਲ ਤੇ ਨਹੀਂ ਸੈਤਤਾ ਦੇ ਵਿੱਚ ਇੱਕ ਔਰਤ ਜੋ ਕੇ ਘਰ ਦੇ ਵਿੱਚ ਸਫਾਈ ਕਰ ਰਹੀ ਸੀ ਘਰ ਦੇ ਵਿੱਚ ਝਾੜੂ ਪੋਚਾ ਲਾ ਰਹੀ ਸੀ ਤੇ ਝਾੜੂ ਪੋਚਾ ਲਾਂਦੇ ਲਾਂਦੇ ਉਹਦਾ ਜਿਹੜਾ ਪੈਰ ਤਿਲਕ ਜਾਂਦਾ ਪੈਰ ਜਰੋਂ ਤਿਲਕ ਤਾਂ ਤੇ ਜਿਹੜੀ ਸ਼ੀਸ਼ੇ ਦੀ ਉਹਨਾਂ ਦੇ ਤਾਕੀ ਲੱਗੀ ਹੋਈ ਸੀਗੀ ਤਾਕੀ ਵਿੱਚ ਸ਼ੀਸ਼ਾ ਲੱਗਾ ਹੋਇਆ ਸੀ 38 ਸਾਲ ਦੀ ਔਰਤ ਆ ਹਸਪੀਟਲ ਦੇ ਵਿੱਚ ਇਹਨੂੰ ਐਡਮਿਟ ਕਰਨਾ ਪੈ ਗਿਆ ਕਿਉਂਕਿ ਇਹਨਾਂ ਦੇ ਘਰ ਦੇ ਬਾਹਰ ਜਿਹੜੀਆਂ ਗਰੇਲਾਂ ਨਹੀਂ ਲੱਗੀਆਂ ਸੀ ਤਾਂ ਕੀ ਤੋਂ ਬਾਹਰ ਤੇ ਇਹ ਤਿਲਕ ਕੇ ਸਿੱਧੀ ਸੜਕ ਤੇ ਡਿੱਗ ਪਈ ਤੇ ਇਹਦੇ ਕਾਫੀ ਸੱਟਾਂ ਲੱਗ ਗਈਆਂ ਤੇ ਹਸਪੀਟਲ ਦੇ ਵਿੱਚ ਇਹਨੂੰ ਲੈ ਗਿਆ ਪਰ ਹੁਣ ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ ਕਿ ਇਹਦੀ ਜਿਹੜੀ ਕੰਡੀਸ਼ਨਾਂ ਥੋੜੀ ਜਿਹੀ ਠੀਕ ਆ ਉਸ ਤੋਂ ਬਾਅਦ ਇੱਕ ਪ੍ਰੈਜ਼ੀਡੈਂਟ ਵਾ ਪ੍ਰੈਜ਼ੀਡੈਂਟ ਜੇਸੀ ਗੱਲ ਕਰੀ ਸਕੂਲ ਦਾ ਨਾਮ ਆ ਜੀ ਲਿਲੀਚਿਓ ਫੋਗਾਟਸਾਰੋ ਵਿਚੈਂਸਾ ਦਾ ਵੀ ਚੈਂਸਾ ਦੇ ਵਿੱਚ ਸਕੂਲ ਆ ਲਿਚੀਓ ਇਹਦੇ ਵਿੱਚ ਜਿਹੜਾ ਪ੍ਰੈਜ਼ ਇਹਦੇ ਵਿੱਚ ਜਿਹੜੀ ਪ੍ਰੈਜ਼ੇਡ ਆ ਜਾਂ ਪ੍ਰੈ ਜਿਹੜਾ ਪ੍ਰੈਜ਼ੀਡੈਂਟ ਪ੍ਰਿੰਸੀਪਲ ਉਹਨੇ ਕੁੜੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਜਿਹੜੇ ਆ ਕੱਪੜੇ ਪੂਰੇ ਪਾ ਕੇ ਆਓ ਫਿਰ ਜਿੱਦਾਂ ਕੋਈ ਬੱਚਿਆਂ ਨੇ ਕੋਈ ਕੁੜੀਆਂ ਨੇ ਸ਼ਾਰਟ ਪਾਏ ਹੁੰਦੇ ਤਾਂ ਬੈਠਣ ਲੱਗੇ ਜਾਂ ਉੱਠਣ ਲੱਗੇ ਕੋਸ਼ ਸਰੀਰ ਦੇ ਅੰਗ ਆ ਜਿਹੜੇ ਉਹ ਨਹੀਂ ਟਕੇ ਰਹਿੰਦੇ ਤਾਂ ਕਹਿੰਦੇ ਪਏ ਆਪਣੇ ਜਿਹੜੇ ਆ ਸਰੀਰ ਦੇ ਅੰਗਾਂ ਨੂੰ ਟਕਣ ਦੇ ਲਈ ਕੱਪੜੇ ਪੂਰੇ ਪਾਣ ਦੀ ਲੋੜ ਆ ਬਸ ਫਿਰ ਕੀ ਆ ਜੀ ਜਿੰਨੇ ਵੀ ਕਲਾਸ ਦੇ ਵਿੱਚ ਕੁੜੀਆਂ ਸੀਗੀਆਂ ਜਿੰਨੇ ਵੀ ਆਲੇ ਦੁਆਲੇ ਮੁੰਡੇ ਸੁਣਦੇ ਸੀ ਸਾਰੇ ਸਕੂਲ ਦੇ ਇਕੱਠੇ ਹੋ ਗਏ ਤੇ ਪ੍ਰਿੰਸੀਪਲ ਦੇ ਖਿਲਾਫ ਹੋ ਗਏ ਕਹਿੰਦੇ ਜੀ ਕਿ ਸਾਨੂੰ ਇਨਸ ਨੇ ਗਲਤ ਤਰੀਕੇ ਦੇ ਨਾਲ ਸਾਡਾ ਨਾਂ ਗੱਲਬਾਤ ਕੀਤੀ ਆ ਕਿ ਸਾਡੇ ਕੱਪੜਿਆਂ ਦੇ ਉੱਤੇ ਰੋਕ ਲਾਈ ਜਾ ਰਹੀ ਹੈ ਕਿ ਅਸੀਂ ਇੰਨੇ ਅੱਗੇ ਪਹੁੰਚ ਗਏ ਆ ਪਰ ਫਿਰ ਵੀ ਇਹ ਜਿਹੜੀ ਆ ਕੱਪੜਿਆਂ ਦਾ ਟਰਹਿਣ ਸਹਿਣ ਦਾ ਜਿਹੜਾ ਢੰਗ ਆ ਸਾਡਾ ਆਪਣੇ ਮਰਜ਼ੀ ਦਾ ਹੋਣਾ ਚਾਹੀਦਾ ਕਿ ਅਸੀਂ ਕਿੰਨਾ ਆਪਣਾ ਸਰੀਰ ਲੁਕੋ ਰਹੇ ਆ ਜਾਂ ਕਿੰਨਾ ਅਸੀਂ ਸਰੀਰ ਠਾ ਠਾ ਰਹੇ ਆ ਤੁਸੀਂ ਇਸ ਬਾਰੇ ਕੀ ਸੋਚਦੇ ਸਾਨੂੰ ਦੱਸਿਓ ਜਰੂਰ ਕਿ ਪ੍ਰਿੰਸੀਪਲ ਨੇ ਇਹ ਸਹੀ ਗਿਆ ਹੈ ਕਿ ਗਲਤ ਗਿਆ ਆਖਰੀ ਅਪਡੇਟ ਵਾਲ ਚੱਲ ਰਹੇ ਜੀ ਨਾਈਜੀਰੀਆ ਦੇ ਵਿੱਚ ਇੱਕ ਚਰਚ ਦੇ ਵਿੱਚ ਬੰਦਿਆਂ ਨੇ ਐਂਟਰ ਹੋ ਕੇ ਚਲਾਈਆਂ ਗੋਲੀਆਂ ਜੀ ਤੇ ਘੱਟ ਤੋਂ ਘੱਟ 50 ਦੱਸਿਆ ਜਾ ਰਿਹਾ ਕਿ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਦੇ ਵਿੱਚ ਬੱਚੇ ਵੀ ਤੇ ਬੱਚੇ ਵੀ ਹਨ ਤੇ ਔਰਤਾ ਵੀ ਹਨ ਤੇ ਕਾਫੀ ਜਿਹੜੇ ਆ ਬੰਦਿਆਂ ਨੂੰ ਇਹਨਾਂ ਨੇ ਕਿਡਨਾਪ ਵੀ ਕਰ ਲਿਆ ਤੇ ਕੰਮ ਜਿਹੜਾ ਅਸੀਂ ਕਹਿ ਸਕਦੇ ਹਾਂ ਉੱਥੇ ਬਹੁਤ ਹੀ ਜਿਹੜਾ ਕੰਮ ਮਾੜਾ ਹੋਇਆ ਜੀ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਅੱਜ ਇਟਲੀ ਦੇ ਵਿੱਚ ਪੰਜ ਸ਼ਹਿਰਾਂ ਦੇ ਵਿੱਚ ਬੋਲੀਨੋ ਰੋਸੋ ਸੀਗੀ ਬੋਲੀਨੋ ਰੋਸੋ ਮਤਲਬ ਖਤਰੇ ਦੀ ਘੰਟੀ ਆ ਗਰਮੀ ਬਹੁਤ ਸੀਗੀ ਤੇ ਵਿੱਚ ਵਿੱਚ ਬੋਲੀਨੋ ਰੰਚੋਨੇ ਵੀ ਸੀਗੀ ਜਿਵੇਂ ਸੀ ਗੱਲ ਕਰੀਏ ਜੀ ਫਰੋਜੀ ਨੋ ਨੇ ਪੇਰੂ ਜਾ ਤੇ ਰੀਏਤੀ ਦੀ ਇਹਨਾਂ ਦੇ ਵਿੱਚ ਜਿਹੜੀ ਆ ਗਰਮੀ ਬਹੁਤ ਸੀ ਰੋਮਾਂ ਤੇ ਕਾਂਪੋ ਬਾਸੋ ਦੇ ਵਿੱਚ ਬੋਲੀਨੋ ਰੋਸੋ ਦਿਖਾਈ ਗਈ ਆ ਕਿ ਗਰਮੀ ਜਿਹੜੀ ਬਹੁਤ ਹੀ ਜ਼ਿਆਦਾ ਸੀ ਉਧਰ ਸਿਚੀਲੀਆ ਦੇ ਏਰੀਆ ਦੀ ਗੱਲ ਕਰੀਏ ਤਾਂ 40 ਡਿਗਰੀ ਤੱਕ ਜਿਹੜਾ ਆ ਟੈਂਪਰੇਚਰ ਪਹੁੰਚੇ ਤੇ ਕਿਸੇ ਕਿਸੇ ਪਾਸੇ ਤਾਂ 42 ਡਿਗਰੀ ਵੀ ਸਿਚੀਲੀਆ ਦੇ ਪਾਸੇ ਟੈਂਪਰੇਚਰ ਪਹੁੰਚ ਗਿਆ ਪਰ ਦੱਸਿਆ ਜਾ ਰਿਹਾ ਕਿ ਸਰਕਾਰ ਕਹਿ ਰਹੀ ਹੈ ਮੌਸਮ ਵਿਭਾਗ ਕਹਿ ਰਿਹਾ ਕਿ ਚਲੋ ਗਰਮੀ ਬਹੁਤ ਹੀ ਵੱਧ ਗਈ ਡਰਨ ਦੀ ਲੋੜ ਨਹੀਂ ਹੈਗੀ ਲੰਬਰਦੀਆ ਵੇਨੇ ਤੇ ਫਰੋਲੀ ਵਨੇਸੀਆ ਜੂਲੀਓ ਜਿਹੜਾ ਇਹਨਾਂ ਦੇ ਵਿੱਚ ਇੱਕ ਵਾਰ ਫੇਰ ਮੀਂਹੇ ਰੀ ਆਉਣ ਲੱਗੀ ਆ ਜੀ ਤੂਫਾਨ ਆਉਣ ਲੱਗੇ ਨੇ ਤੇ ਜਿਹੜਾ ਟੈਂਪਰੇਚਰ ਹੈ ਡਾਊਨ ਚਲ ਜਾਣਾ ਮੰਗਲਵਾਰ 7 ਜੂਨ ਤੋਂ 9 ਤਰੀਕ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਕੰਡੀਸ਼ਨ ਆ ਵੈਦਰ ਦੀ ਮੌਸਮ ਦੀ ਥੋੜੀ ਜਿਹੀ ਵਿਗੜ ਜਾਣੀ ਹੈ ਇਸ ਕਰਕੇ ਨੌਰਥ ਏਰੀਆ ਦਾ ਜਿਹੜਾ ਮੌਸਮ ਅਸੀਂ ਦਾ ਕਹਿ ਸਕਦੇ ਥੋੜਾ ਜਿਹਾ ਠੰਡਾ ਰਹਿਣਾ 7 ਤੋਂ 9 ਤੋ ਉਸ ਤੋਂ ਬਾਅਦ ਸ਼ਾਇਦ ਫੇਰ ਵੱਜਵੇ ਤੇ ਸਾਨੂੰ ਹੋਣ ਤੱਕ ਜੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਕਲੇਬ੍ਰੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੋਣ ਰਹੇ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ